ਚਿਲੀਵੈਕ ਜਨਰਲ ਹਸਪੀਟਲ ਦੇ ਮੈਟਰਨਿਟੀ ਯੂਨਿਟ ਵਿੱਚ ਅਸੀਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਸਵਾਗਤ ਕਰਦੇ ਹਾਂ। ਬੇਬੀ ਹੋਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਉਤੇਜਨਾ ਵਾਲਾ ਸਮਾਂ ਹੁੰਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਮਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵੱਧ ਤੋਂ ਵੱਧ ਬਿਹਤਰ ਅਨੁਭਵ ਵਾਲਾ ਹੋਵੇ। ਜੇ ਤੁਸੀਂ ਸਵੇਰ ਦੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਦੇ ਵਿੱਚ ਹਸਪੀਟਲ ਪਹੁੰਚਦੇ ਹੋ ਤਾਂ ਦਾਖਲਾ ਮੇਨ ਐਂਟਰੈਂਸ ਰਾਹੀਂ ਹੈ। ਸਿੱਧੇ ਲੰਘ ਕੇ ਐਲੀਵੇਟਰਸ ਰਾਹੀਂ ਤੀਸਰੀ ਮੰਜ਼ਿਲ 'ਤੇ ਪਹੁੰਚੋ। ਜੇ ਤੁਸੀਂ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਦੇ ਦਰਮਿਆਨ ਹਸਪੀਟਲ ਪਹੁੰਚਦੇ ਹੋ ਤਾਂ ਐਮਰਜੈਂਸੀ ਡਿਪਾਰਟਮੈਂਟ ਰਾਹੀਂ ਦਾਖਲਾ ਹੈ। ਚਿਲੀਵੈਕ ਜਨਰਲ ਹਸਪੀਟਲ ਦਾ ਸਾਡਾ ਮੈਟਰਨਿਟੀ ਯੂਨਿਟ ਸੁਰੱਖਿਅਤ ਹੈ ਅਤੇ ਸਾਡੀ ਟੀਮ ਇੱਕਜੁੱਟ ਹੋ ਕੇ ਤੁਹਾਨੂੰ ਜਨਮ ਕਾਰਜ ਦੀਆਂ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਛੋਟੀ ਯੂਨਿਟ ਹੋਣ ਦੇ ਕਾਰਨ ਸਾਡਾ ਯੂਨਿਟ ਬਹੁਤ ਹੀ ਸੁਰੱਖਿਅਤ ਹੈ ਅਤੇ ਇੱਥੇ ਦਾ ਵਾਤਾਵਰਣ ਬਹੁਤ ਹੀ ਆਰਾਮਦਾਇਕ ਹੈ। ਅਸੀਂ ਪਰਿਵਾਰ ਕੇਂਦਰਿਤ ਸੰਭਾਲ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਤੁਹਾਨੂੰ ਇੱਕ ਜਾਂ ਇੱਕ ਤੋਂ ਜ਼ਿਆਦਾ ਸਹਾਇਕ ਵਿਅਕਤੀ ਨੂੰ ਆਪਣੇ ਨਾਲ ਲਿਆਉਣ ਲਈ ਉਤਸ਼ਾਹਿਤ ਕਰਦੇ ਹਾਂ। ਇਹ ਵਿਅਕਤੀ ਤੁਹਾਡੇ ਨਾਲ ਰਹਿ ਸਕਦਾ ਹੈ, ਸਾਡੇ ਪਰਿਵਾਰ ਦੇ ਵੇਟਿੰਗ ਰੂਮ ਵਿੱਚ ਰਹਿ ਸਕਦੇ ਹਨ। ਯੂਨਿਟ ਪਹੁੰਚਣ 'ਤੇ ਰਜਿਸਟ੍ਰੇਸ਼ਨ ਕਲਰਕ ਨੂੰ ਸੰਪਰਕ ਕਰੋ। ਰਜਿਸਟ੍ਰੇਸ਼ਨ ਹੋ ਜਾਣ ਤੋਂ ਬਾਅਦ ਤੁਹਾਨੂੰ ਟ੍ਰੀਆਜ ਏਰੀਆ ਵਿੱਚ ਲਿਜਾਇਆ ਜਾਏਗਾ ਜਿੱਥੇ ਨਰਸ ਤੁਹਾਡੀ ਚੈੱਕਅਪ ਕਰੇਗੀ। ਇੱਥੇ ਤੁਹਾਨੂੰ ਤੁਹਾਡੀ ਸਿਹਤ ਅਤੇ ਪ੍ਰੈਗਨੈਂਸੀ ਦੇ ਸੰਬੰਧਿਤ ਕਈ ਸਵਾਲ ਪੁੱਛੇ ਜਾਣਗੇ। ਤੁਹਾਡਾ ਬਲੱਡ ਪ੍ਰੈਸ਼ਰ ਅਤੇ ਟੈਂਪਰੇਚਰ ਚੈੱਕ ਕੀਤਾ ਜਾਵੇਗਾ ਅਤੇ ਨਰਸ ਤੁਹਾਡੇ ਬੱਚੇ ਦੀ ਦਿਲ ਦੀ ਧੜਕਣ ਵੀ ਸੁਣੇਗੀ। ਉਸ ਤੋਂ ਬਾਅਦ ਤੁਹਾਡੇ ਡਾਕਟਰ ਜਾਂ ਮਿਡਵਾਈਫ ਨੂੰ ਸੱਦ ਕੇ ਤੁਹਾਡੀ ਸੰਭਾਲ ਬਾਰੇ ਫੈਸਲਾ ਕੀਤਾ ਜਾਵੇਗਾ। ਸਾਨੂੰ ਗਰਵ ਹੈ ਕਿ ਸਾਡੇ ਸਪੈਸ਼ਲਿਸਟ ਦੀ ਟੀਮ 24 ਘੰਟੇ ਉਪਲਬਧ ਹੈ। ਸਾਡੀ ਟੀਮ ਵਿੱਚ ਰਜਿਸਟਰਡ ਨਰਸਿਸ, ਜੋ ਕਿ ਜਣੇਪੇ ਦੀ ਸੰਭਾਲ ਵਿੱਚ ਸਪੈਸ਼ਲੀ ਟ੍ਰੇਨਡ ਹਨ, ਫੈਮਿਲੀ ਡਾਕਟਰਸ, ਮਿਡਵਾਈਫਸ, ਆਬਸਟੀਟ੍ਰੀਸ਼ੀਅਨਸ, ਐਨੇਸਥੈਟਿਸਟਸ, ਆਪਰੇਸ਼ਨ ਥੀਏਟਰ ਦਾ ਸਟਾਫ ਅਤੇ ਬੱਚਿਆਂ ਦੇ ਡਾਕਟਰ ਵੀ ਹਨ। ਅਸੀਂ ਹਰੇਕ ਕਦਮ 'ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀ ਸਹਾਇਤਾ ਕਰਨ ਲਈ ਤਿਆਰ ਹਾਂ। ਤੁਸੀਂ ਆਪਣੇ ਜਨਮ ਕਾਰਜ ਲਈ ਆਪਣੇ ਸਹਾਇਕ ਵਿਅਕਤੀ ਦੇ ਨਾਲ ਇਸ ਤਰ੍ਹਾਂ ਦੇ ਕਮਰੇ ਵਿੱਚ ਦਾਖਲ ਕੀਤੇ ਜਾਵੋਗੇ। ਇਸ ਕਮਰੇ ਵਿੱਚ ਤੁਹਾਡੇ ਅਤੇ ਤੁਹਾਡੇ ਬੱਚੇ ਦੀ ਪੂਰੀ ਸੰਭਾਲ ਲਈ ਸਾਰਾ ਸਾਜ ਸਮਾਨ ਹੈ। ਤੁਹਾਡੇ ਬੈੱਡ ਤੁਹਾਡੀ ਲੋੜ ਮੁਤਾਬਕ ਤਬਦੀਲ ਹੋ ਸਕਦਾ ਹੈ। ਕਮਰੇ ਵਿੱਚ ਸੋਫਾ ਹੈ ਜਿਸ ਨੂੰ ਬਾਹਰ ਖਿੱਚ ਕੇ ਬੈੱਡ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇੱਕ ਪ੍ਰਾਈਵੇਟ ਬਾਥਰੂਮ, ਸ਼ਾਵਰ ਸਮੇਤ ਕਈ ਜਨਮ ਕਾਰਜ ਲਈ ਸਹਾਇਕ ਚੀਜ਼ਾਂ, ਉਦਾਹਰਣ ਬਰਥਿੰਗ ਬਾਲ, ਸਕੁਆਟਿੰਗ ਬਾਰ, ਰੇਡੀਓ ਅਤੇ ਸੀਡੀ ਪਲੇਅਰ ਵੀ ਹੈ। ਜੇ ਤੁਸੀਂ ਸ਼ਾਵਰ ਵਿੱਚ ਹੋ ਤਾਂ ਤੁਸੀਂ ਵਾਟਰਪਰੂਫ ਮਸ਼ੀਨ ਰਾਹੀਂ ਬੱਚੇ ਦੇ ਦਿਲ ਦੀ ਧੜਕਣ ਵੀ ਸੁਣ ਸਕਦੇ ਹਾਂ। ਸਾਡੇ ਯੂਨਿਟ ਵਿੱਚ ਇੱਕ ਛੋਟੀ ਕਿਚਨ ਹੈ ਜਿਸ ਵਿੱਚ ਮਾਈਕ੍ਰੋਵੇਵ, ਹੌਟ ਵਾਟਰ ਜੱਗ, ਪਾਣੀ ਅਤੇ ਬਰਫ਼ ਦੀ ਮਸ਼ੀਨ ਵੀ ਹੈ। ਇੱਕ ਵੱਡੀ ਫਰਿੱਜ ਹੈ ਜਿਸ ਵਿੱਚ ਜੂਸ ਅਤੇ ਨਵੀਆਂ ਮਾਵਾਂ ਲਈ ਛੋਟੇ ਛੋਟੇ ਸਨੈਕਸ ਵੀ ਹਨ। ਤੁਸੀਂ ਲੇਬਲ ਕਰਕੇ ਆਪਣੇ ਘਰ ਦਾ ਖਾਣਾ ਵੀ ਇਸ ਫਰਿੱਜ ਵਿੱਚ ਰੱਖ ਸਕਦੇ ਹੋ। ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ ਤੁਹਾਨੂੰ ਇੱਕ ਦੂਸਰੇ ਕਮਰੇ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਕਮਰੇ ਵਿੱਚ ਬਹੁਤ ਘੱਟ ਮੈਡੀਕਲ ਸਪਲਾਈਜ਼ ਹਨ ਅਤੇ ਇਹ ਕਮਰਾ ਜ਼ਿਆਦਾ ਆਰਾਮਦਾਇਕ ਹੈ। ਤੁਸੀਂ ਹਸਪੀਟਲ 24 ਤੋਂ 48 ਘੰਟੇ ਰਹਿਣ ਦੀ ਉਮੀਦ ਰੱਖ ਸਕਦੇ ਹੋ। ਆਪਣੇ ਬੇਬੀ ਦੇ ਸਰੀਰ ਨੂੰ ਆਪਣੇ ਜਾਂ ਆਪਣੇ ਪਾਰਟਨਰ ਦੇ ਸਰੀਰ ਦੇ ਨਾਲ ਲਗਾ ਕੇ ਰੱਖੋ। ਆਪਣੇ ਬੱਚੇ ਦੇ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਇਹ ਬਹੁਤ ਮਹੱਤਵਪੂਰਨ ਹੈ। ਤੁਸੀਂ ਆਪਣੇ ਘਰੋਂ ਆਪਣੇ ਅਤੇ ਆਪਣੇ ਬੱਚੇ ਲਈ ਕੱਪੜੇ ਅਤੇ ਹੋਰ ਸਮਾਨ ਵੀ ਲਿਆ ਸਕਦੇ ਹੋ। ਹਸਪੀਟਲ ਵਿੱਚ ਰਹਿਣ ਦੇ ਦੌਰਾਨ ਤੁਹਾਡੀ ਨਰਸ ਤੁਹਾਨੂੰ ਬੱਚੇ ਨੂੰ ਦੁੱਧ ਪਿਆਉਣ ਵਿੱਚ ਮਦਦ ਕਰੇਗੀ ਅਤੇ ਤੁਹਾਨੂੰ ਆਪਣੀ ਅਤੇ ਆਪਣੇ ਬੱਚੇ ਦੀ ਸੰਭਾਲ ਬਾਰੇ ਸੂਚਨਾ ਦੇਵੇਗੀ। ਤੁਹਾਡੇ ਡਾਕਟਰ ਜਾਂ ਮਿਡਵਾਈਫ ਵੱਲੋਂ ਛੁੱਟੀ ਮਿਲਣ 'ਤੇ ਤੁਹਾਡੀ ਨਰਸ ਤੁਹਾਨੂੰ ਇੱਕ ਲਿਫਾਫਾ ਦੇਵੇਗੀ
ਜਿਸ ਵਿੱਚ ਬੇਬੀ ਦਾ ਪਰਸਨਲ ਹੈਲਥ ਕੇਅਰ ਨੰਬਰ, ਪਰਪਲ ਕਰਾਇੰਗ ਵੀਡੀਓ ਜਾਂ ਐਪ ਅਤੇ ਬੇਬੀ ਦੇ ਜਨਮ ਨੂੰ ਰਜਿਸਟਰ ਕਰਨ ਦੇ ਕਾਗਜ਼ ਹੋਣਗੇ। ਸਾਡੇ ਯੂਨਿਟ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਲਈ ਤੁਹਾਡੇ ਬੇਬੀ ਨੂੰ ਕਾਰ ਸੀਟ ਵਿੱਚ ਪਾਉਣਾ ਜ਼ਰੂਰੀ ਹੈ ਤਾਂ ਜੋ ਤੁਹਾਡੀ ਨਰਸ ਸੇਫਟੀ ਚੈੱਕ ਕਰ ਸਕੇ। ਉਹ ਤੁਹਾਡੀ ਅਤੇ ਤੁਹਾਡੇ ਬੇਬੀ ਦੀ ਆਰਮ ਬੈਂਡਸ ਵੀ ਚੈੱਕ ਕਰੇਗੀ। ਘਰ ਜਾਣ ਦੇ ਪਹਿਲੇ ਕੁਝ ਦਿਨਾਂ ਦੇ ਦੌਰਾਨ ਤੁਹਾਨੂੰ ਪਬਲਿਕ ਹੈਲਥ ਨਰਸ ਦਾ ਫੋਨ ਆ ਸਕਦਾ ਹੈ ਅਤੇ ਲੋੜ ਪੈਣ 'ਤੇ ਉਹ ਕਮਿਊਨਿਟੀ ਵਸੀਲਿਆਂ ਲੈਣ ਵਿੱਚ ਤੁਹਾਡੀ ਮਦਦ ਕਰੇਗੀ ਜਿਨ੍ਹਾਂ ਦੀ ਤੁਹਾਨੂੰ ਲੋੜ ਹੋ ਸਕਦੀ ਹੈ। ਇਸ ਟੂਰ ਨੂੰ ਦੇਖਣ ਦਾ ਤੁਹਾਡਾ ਧੰਨਵਾਦ ਅਤੇ ਸਾਨੂੰ ਆਸ ਹੈ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਾਡੇ ਕੋਲ ਜਣੇਪੇ ਦਾ ਬਹੁਤ ਵਧੀਆ ਅਨੁਭਵ ਹੋਵੇਗਾ।